ਪੰਜਾਬ ਵਿੱਚ ਪੰਚਾਇਤੀ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ, ਜਿਸ ਦੇ ਚੱਲਦਿਆਂ ਸਾਰੇ ਰਾਜਨੀਤਿਕ ਦਲਾਂ ਨੇ ਕਮਰ ਕੱਸ ਲਈ ਹੈ। ਇਸ ਸੰਬੰਧ ਵਿੱਚ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਕਹਿਣਾ ਹੈ ਕਿ ਕਾਂਗਰਸ ਨੇ ਵਿਧਾਨ ਸਭਾ ਜਿੱਤਣ ਤੋਂ ਬਾਅਦ ਹੀ ਅਗਲੀਆਂ ਚੋਣਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਸੀ। ਕਾਂਗਰਸ ਹਮੇਸ਼ਾ ਚੋਣਾਂ ਲਈ ਤਿਆਰ ਰਹਿੰਦੀ ਹੈ। ਉਹਨਾਂ ਨੇ ਕਿਹਾ ਕਿ ਕੈਪਟਨ ਸਾਹਿਬ ਦੇ ਕਹਿਣ ਅਨੁਸਾਰ ਬੇਅਦਬੀ ਮਾਮਲੇ 'ਤੇ ਵਿਧਾਨ ਸਭਾ ਵਿੱਚ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋਇਆ ਹੈ। ਧਰਮਸੋਤ ਨਾਭਾ ਵਿਖੇ ਇੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਸਨ। ਸਾਡੇ ਸ਼ਹਿਰ ਦੀਆਂ ਲਗਭਗ ਮੇਰੇ ਖਿਆਲ 80 ਧਾਰਮਿਕ ਕਮੇਟੀਆਂ ਨੇ, ਜਿਨ੍ਹਾਂ ਦੇ ਲਗਾਤਾਰ ਮੇਰੇ ਖਿਆਲ ਛੇਵੀਂ ਵਾਰੀ ਹੁਣ ਪ੍ਰਧਾਨ ਬਣੇ ਨੇ, ਔਰ ਮੈਂ ਸਮਝਦਾ ਕਿ ਸਾਰਿਆਂ ਨੂੰ ਨਾਲ ਲੈ ਕੇ ਚੱਲਦੇ ਨੇ, ਨਹੀਂ ਤਾਂ ਕੌਣ ਕਿਸੇ ਨੂੰ ਦੁਬਾਰਾ ਬਣਾਉਂਦਾ। 6ਵੀਂ ਵਾਰੀ ਬਣੇ ਨੇ। ਮੈਂ ਅੱਜ ਦੀ ਇਸ 30 ਇਹਨਾਂ ਦੀ ਪ੍ਰਧਾਨਗੀ ਇਹਨਾਂ ਨੂੰ ਵਧਾਈ ਦਿੰਦਾ। ਕਾਂਗਰਸ ਪਾਰਟੀ ਤਾਂ ਹਮੇਸ਼ਾ ਤਿਆਰ ਰਹਿੰਦੀ ਹੈ, ਚੋਣ ਤਾਂ ਅੱਜ ਅਨਾਊਂਸ ਹੋਈ ਹੈ, ਪਰ ਅਸੀਂ ਜਿੱਦਣ ਵਿਧਾਨ ਸਭਾ ਲੜ ਲਈ ਸੀ ਉਸ ਤੋਂ ਦੂਸਰੇ ਦਿਨ ਅਗਲੀ ਚੋਣਾਂ ਦੀ ਤਿਆਰੀ ਸ਼ੁਰੂ ਹੈ। ਕਾਬਲ ਦੇ ਹੈ ਜੋ ਅਸੀਂ ਕਿਹਾ ਸੀ ਨਾ ਕੈਪਟਨ ਸਾਹਿਬ ਨੇ ਵੀ ਵਿਧਾਨ ਸਭਾ ਦੇ ਵਿੱਚ ਦੁੱਧ ਦਾ ਪਾਣੀ ਦਾ ਪਾਣੀ ਹੋਏਗਾ। ਜੋ ਰਿਪੋਰਟ ਰਣਜੀਤ ਦੀ ਆਈ ਆ ਕਮਿਸ਼ਨ ਦੀ, ਉਹਨੂੰ ਉਹ ਫੇਸ ਨਹੀਂ ਕਰ ਸਕੀ ਕਿਉਂਕਿ ਸਾਰਾ ਟੱਬਰ ਉਹਨਾਂ ਦਾ ਫਸ ਰਿਹਾ। ਬਾਦਲ ਸਾਹਿਬ ਵੱਡਿਆਂ ਤੋਂ ਲੈ ਕੇ ਛੋਟਿਆਂ ਤੋਂ ਲੈ ਕੇ ਮਜੀਠੀਆਂ ਤੋਂ ਲੈ ਕੇ ਸਾਰੇ ਹੀ ਫਸ ਰਹੇ ਨੇ, ਔਰ ਜਿਨ੍ਹਾਂ ਭ੍ਰਿਸ਼ਟ ਪੁਲਿਸ ਵਾਲਿਆਂ ਨੇ ਇਹ ਪਾਪ ਕੀਤਾ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਅਪਮਾਨ ਕੀਤਾ, ਗੁਰੂ ਨੇ ਕਦੇ ਮਾਫ ਨਹੀਂ ਕਰਨਾ ਹੈ। ਦੇਰ ਜ਼ਰੂਰ ਹੋ ਜਾਂਦੀ ਹੈ, ਨੇਰ ਨਹੀਂ ਹੁੰਦਾ, ਗੁਰੂ ਸਜ਼ਾ ਜ਼ਰੂਰ ਦਿੰਦਾ। 50 ਸਾਲ ਲਗਾਤਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ 'ਤੇ, ਪੰਥ ਦੇ ਨਾਂ 'ਤੇ ਵੋਟਾਂ ਮੰਗੀਆਂ, ਰਾਜ ਕੀਤਾ, ਅਗਲੇ 25 ਸਾਲ ਵਾਸਤੇ ਲੋਕਾਂ ਨੂੰ ਦੁਵਿਧਾ 'ਚ ਪਾਉਣ ਵਾਸਤੇ ਜਾਣ ਕੇ ਅਪਮਾਨ ਕਰਾਉਣਾ ਗੁਰੂ ਗ੍ਰੰਥ ਸਾਹਿਬ ਦਾ, ਇਹ ਉਹਨਾਂ ਨੂੰ ਕਦੇ ਲੋਕ ਮਾਫ਼ ਨਹੀਂ ਕਰਨਗੇ। SGPC ਮੈਂ ਸਮਝਦਾ ਕਿ ਕੋਈ ਵੀ ਲੋਕਾਂ ਨੇ ਇਹਨਾਂ ਨੂੰ ਪਿੰਡਾਂ 'ਚ ਨਹੀਂ ਵੜਦਾ। ਤੁਸੀਂ ਦੇਖਿਆ ਕੱਲ੍ਹ ਦੋਨੋਂ ਭੈਣ ਭਰਾ ਮਜੀਠੀਆ ਸਾਹਿਬ ਅਤੇ ਹਰਸਿਮਰਤ ਕੌਰ ਜੀ ਜੱਦੀ ਪਿੰਡ ਜਾ ਰਹੇ ਸੀ, ਲੋਕਾਂ ਨੇ ਜੋ ਸਵਾਗਤ ਕੀਤਾ ਉਹਨਾਂ ਦਾ, ਰੱਬ ਨਾ ਕਿਸੇ ਦਾ ਕਰੇ, ਗੋਹੇ ਦੇ ਪੀਪੇ ਲਈ ਖੜ੍ਹੇ ਸੀ ਲੋਕ, ਇੱਟਾਂ ਲਈ ਖੜ੍ਹੇ ਸੀ, ਪਰ ਉਹਨੂੰ ਪਿੱਛੇ ਰੁਕਣਾ ਪਿਆ। ਇਹੋ ਜਿਹੀਆਂ 85 ਧਾਰਮਿਕ ਸੰਸਥਾਵਾਂ ਨੇ, 85 ਜਿਹੜੀਆਂ ਮੰਦਰ ਕਮੇਟੀਆਂ ਨੇ, ਉਹਨਾਂ ਨੇ ਮੈਨੂੰ 6ਵੀਂ ਵਾਰ ਪ੍ਰਧਾਨ ਬਣਾਇਆ ਹੈ, ਅਤੇ ਇਸ ਤੋਂ ਪਹਿਲਾਂ 4 ਵਾਰ ਪ੍ਰਧਾਨ ਮੇਰਾ ਸਵਰਗੀਆ ਗਿਆ ਜਨ ਮੱਗੋ ਜੀ, 4 ਵਾਰ ਇਹ ਦੇ, ਅਤੇ ਮੈਂ 6ਵੀਂ ਵਾਰ ਇਹਨਾਂ ਨੇ ਮੈਨੂੰ ਪ੍ਰਧਾਨ ਬਣਾਇਆ। ਕੀ ਕੰਮ ਕਰੋ ਜਿਹੜੇ ਅੱਗੇ ਪ੍ਰੋਗਰਾਮ ਆ ਰਹੇ ਧਾਰਮਿਕ ਸਮਾਜ ਆ ਰਹੇ? ਇਹ ਸਾਡੀ ਜਿਹੜੀ ਧਾਰਮਿਕ ਸੰਸਥਾਵਾਂ 85 ਦੇ ਰਜਿਸਟਰਡ ਹੋ ਚੁੱਕੀਆਂ ਨੇ, ਜੋ ਵੀ ਸੰਸਥਾਵਾਂ ਦਾ ਦੇਖ ਕੇ ਜਿੱਥੇ ਕਿਸੇ ਦੀ ਲੋੜ ਹੋਊਗੀ, ਕੋਈ ਸ਼ੈੱਡ ਬਣਾਉਣਾ, ਕੋਈ ਕਮਰਾ ਬਣਾਉਣਾ, ਅਸੀਂ ਉਹਨਾਂ ਨੂੰ ਜ਼ਰੂਰ ਮੰਤਰੀ ਦੇ ਆਸ਼ੀਰਵਾਦ ਨਾਲ ਜ਼ਰੂਰ ਬਣਾਵਾਂਗੇ।